Puta! 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 Esse bandete puta! É quem que é que cate de babine? E que shaks da o hal carta? Que puta tá nem nicolia? Par pran nicol gay. A catna é Gurdaspur de Talibaldi. Jithe que hon pulth ponch chukia. Dasya charia. E que shaks pomar randasi. Ose, bomari de laj vaste. Parvar de log. Ad vishwasha gay. Te ponch gay. ਬਾਬੇ ਕੋਲ ਬਾਬੇ ਨੇ ਕਿਹਾ ਕਿ ਇਸ ਭੂਤ ਹੈ ਮੈਂ ਕੱਢ ਦਾਂਗਾ ਕੱਢ ਦਾਂਗਾ ਕੱਢ ਦਾਂਗਾ ਬਾਬੇ ਨੇ ਫਿਰ ਉਸਦੇ ਨਾਲ ਉਹ ਸਲੂਕ ਕੀਤਾ ਕਿ ਭੂਤ ਤਾਂ ਨਹੀਂ ਨਿਕਲਿਆ ਪਰ ਪ੍ਰਾਣ ਨਿਕਲ ਗਏ ਨਿਕਲ ਗਏ ਨਿਕਲ ਗਏ ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਪੂਰਾ ਮਾਮਲਾ ਤਾਂ ਪਹਿਲ ਪੰਜਾਬੀ ਟੀ ਵੀ ਦੇ ਰਹੇ ਜਿਤੇਂਦਰ ਪਾਲ ਕਲੇਰ ਦੇ ਨਾਲ ਲਵਪ੍ਰੀਤ ਸਿੰਘ ਖੁਸ਼ੀ ਪੁਰ ਦੀ ਰਿਪੋਰਟ ਹਮ ਰਾਖਲ ਜੇ ਪਿੰਡ ਮੇਰਾ ਸਿੰਘਪੁਰ ਕੀ ਗੱਲ ਕਰਦੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲਾਂ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਨੇ ਲੱਗ ਗਏ ਉਹ ਉਹਨਾਂ ਨੇ ਆਣ ਕੇ ਕਿਸੇ ਨੇ ਠੁੱਡ ਮਾਰਨੇ ਸ਼ੁਰੂ ਕਰਤੇ ਕਿਸੇ ਨੇ ਚਪੇੜਾ ਮਾਰਨੀਆਂ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਉਹਨਾਂ ਨੇ ਧੂ ਧੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੱਡਿਆ ਉਹਨੂੰ ਸਾਰਾ ਪੀਲਾ ਕਰ ਸੜੇ ਇੰਨੀਆਂ ਕੁ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਅਤੇ ਮੇਰੇ ਬੱਚੇ ਨੂੰ ਇੱਦਾਂ ਬਾਹਾਂ ਪਿੱਛੇ ਬੰਨ ਕੇ ਲੱਤਾਂ ਵੀ ਬੰਨ ਕੇ ਅਤੇ ਮੰਜੀ ਤੋਂ ਮੁੱਧਾ ਸੁੱਟ ਗਏ ਮੁੱਧਾ ਸੁੱਟਣ ਦੇ ਕਾਰਨ ਅਜੇ ਗਏ ਹੀ ਆ ਅਤੇ ਮੇਰੇ ਬੱਚੇ ਨੇ ਦਮ ਤੋੜ ਤੇ ਕੀ ਕਹਿੰਦੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾਹ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਅਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ ਕੁੱਟ ਕੇ ਮੈਂ ਘਰ ਵਿੱਚ ਅਸੀਂ ਦੋਵੇਂ 9 ਸੱਸ ਸੀ ਸਾਡੀ ਇਹਨਾਂ ਨੇ ਪੇਸ਼ ਨਹੀਂ ਜਾਣ ਦੀ 10-15 ਬੰਦੇ ਸੀ ਦਫਨਾਇਆ ਕਿਹਨੇ ਆ ਕੇ ਅਤੇ ਦਫਨਾਇਆ ਸੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫਿਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਅਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ ਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰ 'ਤੇ ਉਹ ਵੀ ਮਿਹਨਤ ਵਾਲਿਆ ਉਹ ਕੁਛ ਕਰਦਾ ਨਹੀਂ ਆ ਮੰਜੀ 'ਤੇ ਬੈਠਾ ਉਹ ਕਿੰਨੇ ਬੱਚੇ ਇਹਦੇ 3 ਬੱਚੇ ਆ ਅਤੇ ਚੌਥੀ ਆਪ ਆ 5ਵਾਂ ਮੇਰਾ ਬੇਟਾ ਸੀ ਉਹ ਕੰਮ ਕਰਦਾ ਹਾਂਜੀ ਕਬਰ ਕਿਉਂ ਪੁੱਟ ਰਿਹਾ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਆ ਕੋਈ ਮਦਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਹ ਕੋਹ ਮਾਰਿਆ ਵਾ ਅਤੇ ਇਸ ਕਰਕੇ ਅਸੀਂ ਥਾਣੇ ਜਾ ਕੇ ਪਰਚਾ ਲਿਖਾਇਆ ਵਾ ਅਤੇ ਇਸ ਕਰਕੇ ਅਸੀਂ ਪੋਸਟ ਮਾਡਲ ਵਾਸਤੇ ਇਹਨੂੰ ਪੁੱਟ ਰਹੇ ਕਬਰ ਫਿਰ ਪੁੱਟ ਰਹੇ ਕਬਰ ਫਿਰ ਪੁੱਟ ਰਹੇ ਠੀਕ ਹੈ ਜੀ ਆਪਾਂ ਜੀ ਦਾ ਕਲਾ ਪਿੰਡ ਮੇਰਾ ਸਿੰਘਪੁਰ ਇਹਨਾਂ ਨੂੰ ਬੁਲਾਇਆ ਸੀ ਦੁਆ ਕਰਨ ਵਾਸਤੇ ਸਥਾਨ ਕੇ ਮੈਂ ਆਖਿਆ ਚੱਲ ਦਵਾ ਨਾ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ ਕੁੱਟ ਕੇ ਅਤੇ ਉਹ ਰਾਤ ਮਾਰ ਸੜਿਆ ਠੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਕਿੰਨੇ ਜਾਣੇ ਸੀਗੇ ਨਾਲ ਇਹਨਾਂ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ 'ਚ ਠੁੱਡ ਮਾਰ ਮਾਰ ਕੇ ਤਾਂ ਬਾਹਰ ਮਾਰ ਸੜਿਆ ਅਤੇ ਬਾਅਦ 'ਚ ਇਹਨਾਂ ਨੇ ਆਪਾਂ ਗਾਂਹ ਹੁੰਦੇ ਸੀ ਸੁਡਾਉਂਦੇ ਸੀ ਅਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤਾਂ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਂਦੇ ਹਾਂ ਪਹਿਲਾਂ ਵੀ ਇੱਦਾਂ ਕਰਦੇ ਰਹੇ ਬਿਮਾਰ ਰਹਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੀ ਖਾਤਰ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੁਛ ਤਾਨ ਹੈ ਤੇ ਉਹ ਫਿਰ ਉਹਦੀ ਕੋਈ ਮਾਰ ਕਟਾਈ ਸ਼ੁਰੂ ਕਰਤੀ ਅਤੇ ਫਿਰ ਉਹਨੇ ਕੁਛ ਹੋਰ ਬੰਦੇ ਬੁਲਾ ਲਏ ਅਤੇ ਉਹਦੀ ਮਾਰ ਕਟਾਈ ਦੌਰਾਨ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੈਡ ਬੋਡੀ ਕਢਾਈ ਜਾ ਰਹੀ ਹੈ
ਇਹ ਫਿਰ ਜਦੋਂ ਇਹ ਸਾਰੀ ਗੱਲ ਹੋਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਤਲਾਹ ਨਹੀਂ ਦਿੱਤੀ ਅਤੇ ਇਹਨੂੰ ਕਰਤਾ ਦਫਨਾ ਦਿੱਤਾ ਜੀ ਬੋਡੀ ਨੂੰ। ਉੱਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ, ਫਿਰ ਅਸੀਂ ਉਹਦੀ ਬਕਾਇਦਾ ਐਫ ਆਈ ਆਰ ਲੌਂਚ ਕੀਤੀ ਹੈ। ਐਫ ਆਈ ਆਰ ਲੌਂਚ ਕਰਨ ਤੋਂ ਬਾਅਦ ਕਿਉਂਕਿ ਇਹਦਾ ਪੋਸਟਮਾਰਟਮ ਜ਼ਰੂਰੀ ਹੈ ਅਤੇ ਇਸ ਕਰਕੇ ਇਹਦੀ ਜਿਹੜੀ ਡੈੱਡ ਬੋਡੀ ਕੱਢ ਕੇ ਅਤੇ ਉਹਦਾ ਪੋਸਟਮਾਰਟਮ ਕਰਾਵਾਂਗੇ। ਦੋ ਬੰਦਿਆਂ ਦੇ ਬਾਈ ਨੇ ਮੈਂ ਅਤੇ ਬਾਕੀ 6-7 ਛਾਤੇ ਫੜੇ ਬੰਦੇ ਨਹੀਂ, ਅਜੇ ਕੋਈ ਅਰੈਸਟ ਨਹੀਂ। ਥੈਂਕ ਯੂ।